ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪੀਵੀਤੀ ਫੂਡ ਬਲੌਗਰ ਸ੍ਰੀ ਮੁਕਤ ਸਾਹਿਬ ਤੋਂ ਇੱਕ ਵਾਰੀ ਫਿਰ ਤੁਹਾਡੇ ਲਈ ਆਪਾਂ ਫੂਡ ਬਲੌਗਰ ਵਾਲੀ ਵੀਡੀਓ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪਿਛਲੀ ਵਾਲੀ ਵੀਡੀਓ 'ਚ ਤੁਹਾਨੂੰ ਮੇਲੇ ਦੇ ਸਟਰੀਟ ਫੂਡ ਦਿਖਾਇਆ ਸੀ, ਬਾਹਰਲਾ ਸਟਰੀਟ ਫੂਡ ਦਿਖਾਇਆ ਸੀ। ਅੱਜ ਅਸੀਂ ਆਏ ਹਾਂ ਜਿੱਥੇ ਮੇਲਾ ਗਰਾਊਂਡ, ਝੂਲੇ ਵਾਲਾ ਮੇਲਾ ਗਰਾਊਂਡ, ਉਹਦੇ ਅੰਦਰਲਾ ਜੋ ਸਟਰੀਟ ਫੂਡ ਆ ਨਾ ਖਾਣ ਪੀਣ ਵਾਲਾ, ਆਪਾਂ ਉਹ ਵਾਲਾ ਤੁਹਾਨੂੰ ਦਿਖਾਉਣਾ। ਤਾਂ ਚੱਲਦੇ ਹਾਂ, ਫਿਰ ਵੀਡੀਓ ਨਾਲ ਬਣੇ ਰਹੋ ਅਤੇ ਆਪਾਂ ਅੰਦਰ ਚੱਲਦੇ ਹਾਂ। ਝੂਲੇ ਵਾਲੇ ਮੇਲੇ ਗਰਾਊਂਡ ਦੇ ਅੰਦਰ ਚੱਲਦੇ ਹਾਂ, ਤੁਹਾਨੂੰ ਹਰ ਇੱਕ ਸਟਰੀਟ ਫੂਡ ਦਿਖਾਵਾਂਗੇ ਜੋ ਕਿ ਖਾਣ ਪੀਣ ਵਾਲਾ ਹੈਗਾ। ਵੀਡੀਓ ਨਾਲ ਬਣੇ ਰਹੋ ਬਸ ਗਾਇਸ। ਆਪਾਂ ਫਾਈਨਲੀ ਤੌਰ 'ਤੇ ਦੋ ਟਿਕਟਾਂ ਲੈ ਲਈਆਂ, ਕਿਉਂਕਿ ਇਸ ਵਾਰ ਐਂਟਰੀ ਗੇਟ 'ਤੇ ਬਾਊਂਸਰ ਬਹੁਤ ਤਕੜੇ ਤਕੜੇ ਖੜੇ ਨਾ, ਤਾਂ ਕਰਕੇ ਦੋ ਟਿਕਟਾਂ ਲੈ ਲਈਆਂ, ਇੱਕ ਮੇਰੀ ਇੱਕ ਮੇਰੇ ਭਰਾ ਕੈਮਰਾਮੈਨ ਦੀ, ਬਾਊਂਸਰ ਤਕੜੇ ਤਕੜੇ ਨਾ ਤਾਂ ਕਰਕੇ। ਗਾਇਸ ਵੀਡੀਓ ਨਾਲ ਬਣੇ ਰਿਹਾ, ਵੀਡੀਓ ਬਹੁਤ ਜ਼ਿਆਦਾ ਘੈਂਟ ਹੋਣ ਵਾਲੀ ਆ, ਰੋਮਾਂਚਿਕ ਹੋਣ ਵਾਲੀ ਆ। ਅੰਦਰ ਹਰ ਇੱਕ ਸਟਰੀਟ ਫੂਡ ਤੁਹਾਨੂੰ ਦਿਖਾਵਾਂਗੇ ਆਪਾਂ, ਜੋ ਜੋ ਮੇਲੇ ਦੇ ਵਿੱਚ ਅੰਦਰ ਸਟਰੀਟ ਫੂਡ ਮਿਲੂਗਾ ਨਾ। ਬਾਹਰਲਾ ਪਿਛਲੀ ਵੀਡੀਓ ਤੁਹਾਨੂੰ ਬਾਹਰਲਾ ਸਟਰੀਟ ਫੂਡ ਦਿਖਾਇਆ ਸੀਗਾ, ਤੁਸੀਂ ਉਹ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਤਾਂ ਕਰਕੇ ਆਪਾਂ ਹੁਣ ਮੇਲੇ ਦੇ ਅੰਦਰਲਾ ਸਟਰੀਟ ਫੂਡ ਲੈ ਕੇ ਆਏ ਹਾਂ। ਅਤੇ ਪਹਿਲਾਂ ਦੇਖਦੇ ਹਾਂ ਕਿਹੜਾ ਆਪਾਂ ਸਟਰੀਟ ਫੂਡ ਟਰਾਈ ਕਰਾਂਗੇ। ਗਾਇਸ ਜਿਵੇਂ ਆਪਾਂ ਮੇਲਾ ਐਂਟਰ ਕੀਤਾ, ਮੇਲੇ ਦੀ ਐਂਟਰੀ 'ਤੇ ਆਪਾਂ ਨੂੰ ਬਹੁਤ ਹੀ ਸਸਤੇ ਚੀਪੈਸਟ ਰੇਟ 'ਤੇ ਆਪਾਂ ਨੂੰ ਖਾਣ ਨੂੰ ਮਿਲਦਾ ਹੋਇਆ ਜੰਮੀ ਪੀਜ਼ਾ। 50 ਰੁਪਏ ਦੇ ਵਿੱਚ ਤੁਸੀਂ ਇੱਥੇ ਪੀਜ਼ਾ ਟਰਾਈ ਕਰ ਸਕਦੇ ਹੋ, ਅਤੇ ਆਪਾਂ ਪੂਰਾ ਚੀਜ਼ੀ ਵਾਲਾ ਪੀਜ਼ਾ ਖਾਵਾਂਗੇ। ਅਤੇ ਪੀਜ਼ਾ ਪੁਆਇੰਟ ਇੱਥੇ ਹੈਗਾ, 50 ਰੁਪਏ ਦੇ ਵਿੱਚ ਤੁਸੀਂ ਇੱਥੇ ਪੀਜ਼ਾ ਟਰਾਈ ਕਰ ਸਕਦੇ ਹੋ, ਘੈਂਟ ਪੀਜ਼ਾ ਮਿਲੂਗਾ ਬਾਈ। ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ। ਹੈਲੋ ਵੀਰੇ ਜੀ, ਬਈ ਕਿੱਥੋਂ ਆਏ ਹੋ ਤੁਸੀਂ? ਦਿੱਲੀ। ਦਿੱਲੀ ਸੇ? ਦਿੱਲੀ ਸੇ। ਆਪਕਾ ਨਾਮ ਕਿਆ ਹੈ? ਜੁਨੇਦ। ਕਿਆ ਨਾਮ ਹੈ? ਜੁਨੇਦ। ਜੁਨੇਦ, ਪੀਜ਼ਾ ਕਿਤਨੇ ਕਾ ਹੈ? 50। 50 ਕਾ ਲਗਾਉਂਗੇ? ਇੱਕ। ਹਾਂਜੀ ਲਗਾ ਦਿਓ ਬਈ। ਇੱਧਰ ਦਿਖਾ ਦੇਣਾ, ਠੀਕ ਹੈ, ਇੱਧਰ ਦਿਖਾ ਦੇਣਾ। ਗਾਇਸ ਤੁਸੀਂ ਚੈੱਕ ਕਰ ਸਕਦੇ ਹੋ, ਪੂਰਾ ਵੈਜੀਟੇਬਲ ਨਾਲ ਪੀਜ਼ਾ ਲੱਭਾ ਲੱਭਾ, ਉੱਥੇ ਪੂਰੀ ਚੀਜ਼ ਪਾਈ ਪਾ ਰੱਖੀ। ਕੌਣ ਸੀ ਚੀਜ਼ ਹੈ ਜੇ? ਹੋਲਡੀ ਚੀਜ਼। ਗਾਇਸ ਮੈਨੂੰ ਉਮੀਦ ਨਹੀਂ ਸੀ ਮੇਲੇ ਦੇ ਅੰਦਰ 50 ਰੁਪਏ ਦੇ ਵਿੱਚ ਆਪਾਂ ਨੂੰ ਪੀਜ਼ਾ ਖਾਣ ਨੂੰ ਮਿਲ ਜੂਗਾ। ਤੁਸੀਂ ਫੈਮਿਲੀ ਦੇ ਨਾਲ ਆਉਂਗੇ, ਪੀਜ਼ੇ ਦੇ 4 ਪੀਸ ਹੋਣਗੇ, ਤੁਸੀਂ ਇੰਜੋਏ ਕਰ ਸਕਦੇ ਹੋ। ਗਾਇਸ ਫਾਈਨਲੀ ਤੌਰ 'ਤੇ ਆਪਣਾ ਵੈਜੀਟੇਬਲ ਵਾਲਾ 50 ਰੁਪਏ ਵਾਲਾ ਚੀਪੈਸਟ ਪੀਜ਼ਾ ਲੱਗ ਗਿਆ। ਦੇਖੋ ਤੁਸੀਂ ਲੁੱਕ ਚੈੱਕ ਕਰੋ ਕਿੱਡਾ ਘੈਂਟ ਹੈ ਨਾ। ਨਾਲ ਬਾਈ ਨੇ 4 ਪੀਸ ਕੀਤੇ, ਉੱਤੇ ਬਾਈ ਨੇ ਸਾਰਾ ਕੁਝ ਪਾਤਾ, ਅਤੇ ਨਾਲ ਤਾਂ ਬਾਊ ਨੇ ਸੋਸ ਦਾ ਪਾਊਚ, ਅਤੇ ਟਰਾਈ ਕਰਦੇ ਹਾਂ। ਦੇਖੋ ਗਾਇਸ ਤੁਸੀਂ ਮੇਲੇ ਦੇ ਅੰਦਰ ਰੌਣਕ ਚੈੱਕ ਕਰੋ, ਕਿੰਨੇ ਲੋਕ ਇੰਜੋਏ ਕਰਦੇ ਪਏ ਹੈ ਨਾ। ਅਤੇ ਇਸੇ ਤਰ੍ਹਾਂ ਆਪਾਂ ਵੀ ਇੰਜੋਏ ਕਰੀ ਜਾਂਦੇ ਖਾਣ ਪੀਣ ਦੇ ਵਿੱਚ, ਕਿਉਂਕਿ ਆਪਾਂ ਝੂੜੇ ਝਾੜੇ ਤਾਂ ਘੱਟ ਹੀ ਲੈਂਦੇ ਹਾਂ ਖਾਣ ਪੀਣ ਦੇ, ਆਪਾਂ ਨੂੰ ਫੂਡ ਬਲੌਗਰ ਹਾਂ ਤਾਂ ਕਰਕੇ। ਬਾਈ ਚੈੱਕ ਕਰੋ ਗਾਇਸ, ਠੀਕ ਆ, ਨੋਰਮਲ ਆ ਗਾਇਸ। 50 ਰੁਪਏ ਦੇ ਵਿੱਚ ਪੀਜ਼ਾ ਤਾਂ ਠੀਕ ਆ। ਉਹਦੇ ਨਾਲ ਬਣੇ ਰਹੋ ਅਤੇ ਆਪਾਂ ਚੱਲਦੇ ਚੱਲਦੇ ਪੀਜ਼ਾ ਇੰਜੋਏ ਕਰਦੇ ਹਾਂ, ਅਤੇ ਹੋਰ ਵੀ ਮੇਲੇ ਵਿੱਚ ਜਿਹੜੇ ਜਿਹੜੇ ਸਟਰੀਟ ਫੂਡ ਹੋਣਗੇ ਆਪਾਂ ਹਰ ਇੱਕ ਸਟਰੀਟ ਫੂਡ ਇੰਜੋਏ ਕਰਾਂਗੇ। ਗਾਇਸ ਪੀਜ਼ਾ ਖਾਣ ਤੋਂ ਬਾਅਦ ਆਪਾਂ ਨੂੰ ਇੱਥੇ ਮਿਲਿਆ ਪਾਈਨਐਪਲ ਦਾ 10 ਰੁਪਏ ਜੂਸ ਦਾ ਗਲਾਸ, ਆਪਾਂ ਟਰਾਈ ਕਰਾਂਗੇ 10 ਰੁਪਏ ਦੇ ਵਿੱਚ। ਦੇਖਦੇ ਹਾਂ ਬਾਈ ਜੂਸ ਕਿੱਦਾਂ ਦਾ ਪੈਂਦਾ ਹੋਇਆ, ਕਰਦੇ ਹਾਂ ਫਿਰ 10 ਰੁਪਏ ਵਾਲਾ ਪਾਈਨਐਪਲ ਦਾ ਗਲਾਸ ਇੰਜੋਏ। ਬਾਈ ਇਹ ਗਲਾ ਦੇਣਾ, ਇਹ ਗਲਾ ਦੇਣਾ। ਕਹਿ ਪਾਣੀ ਤੌਰ 'ਤੇ ਆਪਣਾ 10 ਰੁਪਏ ਵਾਲਾ ਪਾਈਨਐਪਲ ਦਾ ਜੂਸ ਆ ਗਿਆ, ਅਤੇ ਆਪਾਂ ਕਰਦੇ ਹਾਂ ਟਰਾਈ 10 ਰੁਪਏ 'ਤੇ। ਦੇਖੋ ਗਾਇਸ ਲੁੱਕ ਚੈੱਕ ਕਰੋ ਤੁਸੀਂ, ਘੱਟ ਮਿੱਠਾ ਜਿਹਾ ਯਾਰ। ਗਾਇਸ ਜੂਸ ਤਾਂ ਘੱਟ ਮਿੱਠਾ ਆਇਆ, ਟੇਸਟੀ ਸੀਗਾ। ਜੇ ਤੁਸੀਂ ਮੇਲੇ ਦੇ ਝੂਲੇ ਵਾਲੇ ਮੇਲੇ ਦੇ ਅੰਦਰ ਆਉਂਦੇ ਹੋ, 10 ਰੁਪਏ ਦੇ ਵਿੱਚ ਪਾਈਨਐਪਲ ਜੂਸ ਟਰਾਈ ਕਰਨਾ ਚਾਹੁੰਦੇ ਹੋ, ਇੰਜੋਏ ਕਰੋ, 10 ਰੁਪਏ ਦੇ ਵਿੱਚ ਪਾਈਨਐਪਲ ਜੂਸ ਟਰਾਈ ਕਰੋ। ਗਾਇਸ ਮੇਲੇ ਦੇ ਵਿੱਚ ਪਾਈਨਐਪਲ ਜੂਸ ਪੀਣ ਤੋਂ ਬਾਅਦ, ਮਿੱਠਾ ਮਿੱਠਾ ਪੀਣ ਤੋਂ ਬਾਅਦ, ਹੁਣ ਆਪਾਂ ਕੁਝ ਖਾਵਾਂਗੇ, ਕੁਝ ਕਰਾਰਾ ਸਪਾਈਸੀ ਖਾਵਾਂਗੇ। ਸਪਾਈਸੀ ਖਾਣ ਦੇ ਲਈ ਆਪਾਂ ਆਏ ਹਾਂ ਇੱਥੇ ਚਾਊਮੀਨ ਨਿਊਡਲ ਖਾਣ। ਲੈਂਦੇ ਹਾਂ ਫਿਰ ਨਿਊਡਲ ਦੀ ਪਲੇਟ। ਚਾਊਮੀਨ ਲੈਣ ਲਈ ਵੀ ਨਾ ਕੂਪਨ ਲੈਣਾ ਪੈਂਦਾ, ਕੂਪਨ ਦਾ ਸਿਸਟਮ ਆ ਇੱਥੇ। ਗਰਮਾ ਗਰਮਾ ਦੇਖ ਸਕਦੇ, ਖਿਲੀ ਖਿਲੀ ਨੂਡਲ ਆ, ਵੈਸੇ ਤੁਹਾਨੂੰ ਪਤਾ ਹੀ ਆ, ਟੇਸਟ ਕਰਕੇ ਦੱਸਾਂਗੇ ਕਿੱਦਾਂ ਦੀ ਆ। ਜੇ 30 ਰੁਪਏ ਕੀ ਇਤਨੀ ਕੁ ਥੋੜ੍ਹੀ ਨਹੀਂ ਹੈ ਯਾਰ। ਗਾਇਸ ਫਾਈਨਲੀ ਤੌਰ 'ਤੇ ਆਪਾਂ ਆਪਣੀ ਨਿਊਡਲ ਲੈ ਲਿੱਤੀ ਆ, ਅਕਸਰ ਹੈ ਕਰਦੇ ਹਾਂ ਟਰਾਈ, ਫਿਰ ਤੁਹਾਨੂੰ ਦੱਸਦੇ ਹਾਂ ਕਿੱਦਾਂ ਦੀ ਆ। ਦੇਖ ਲੈਂਦਾ ਠੀਕ ਠਾਕ ਲੱਗਦੀ ਆ, ਬਾਈਟ ਚੈੱਕ ਕਰੋ। ਹਾਂ ਇੰਜੋਏ ਕਰੋ ਮੇਲਾ, ਦੇਖੋ ਗਾਇਸ ਚੰਡੋਲਾਂ ਚੁਲੇ ਚੱਲਦੇ ਪਏ ਆ।
ਕਾਸ਼ ਮੈਂ ਵੀ ਕੰਟਰੋਲ ਤੇ ਬੈਠਾ ਹੁੰਦਾ। ਲੈ ਤੇਜ਼ ਤਾਂ ਠੀਕ ਆ, ਨੂਨ ਮਿਰਚਾਂ ਮਾੜਾ, ਨਮਕ ਵੱਧ ਆ, ਪਰ ਸਮੋਕੀ ਫਲੇਵਰ ਆਉਂਦਾ ਪਿਆ ਜਿਵੇਂ ਫਾਇਰ ਕੀਤਾ ਹੋਵੇ। ਕੁੱਲ ਮਿਲਾ ਕੇ ਆਲ ਰਾਊਂਡਰ ਨਿਊਡਲ ਵਧੀਆ ਯਾਰ। ਚੱਲਦਾ ਫਿਰ ਅਗਲਾ ਜਾਇਕਾ ਟੇਸਟ ਕਰਨ ਲਈ, ਵੀਡੀਓ ਨਾਲ ਬਣੇ ਰਹੋ ਬਸ। ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕੇਦਾਰਨਾਥ ਬਾਬਾ ਜੀ ਦੇ ਸ਼ਿਵ ਭੋਲੇ ਜੀ ਦਾ ਮੰਦਿਰ ਇੱਥੇ ਦਰਸਾਇਆ ਗਿਆ ਤੇ ਆਪਾਂ ਦੇਖਦੇ ਹਾਂ, ਬਾਹਰ ਹੀ ਮੱਥਾ ਟੇਕਾਂਗੇ, ਅੰਦਰ ਤਾਂ ਆਪਾਂ ਜਾ ਨਹੀਂ ਸਕਦੇ, ਜਾਣਾ ਵੀ ਨਹੀਂ ਕਿਉਂਕਿ ਆਪਾਂ ਫੂਡ ਵਲੋਗਰ ਆ, ਫੂਡ ਵਾਲੀ ਵੀਡੀਓ ਬਣਾਉਣਾ ਆ। ਜੇ ਕੇਦਾਰਨਾਥ ਗਾਏ, ਫਾਈਨਲੀ ਤੌਰ 'ਤੇ ਆਪਾਂ ਲਾਸਟ ਜਾਇਕੇ 'ਤੇ ਆ ਗਏ ਹਾਂ। ਲਾਸਟ ਆਪਣਾ ਇਹ ਸਟਰੀਟ ਫੂਡ ਰਹਿਣ ਵਾਲਾ, ਲਾਸਟ ਆਪਾਂ ਸਟਰੀਟ ਫੂਡ ਟਰਾਈ ਕਰਾਂਗੇ, ਪਾਣੀ ਪੂਰੀ, ਗੋਲ ਗੱਪੇ। ਗੋਲ ਗੱਪੇ ਟਰਾਈ ਕਰਾਂਗੇ, ਤੁਹਾਨੂੰ ਟੇਸਟ ਦੱਸਾਂਗੇ ਕਿੱਦਾਂ ਦਾ ਰਹਿਣ ਵਾਲਾ। ਗਾਏ ਤੁਸੀਂ ਮੇਲੇ 'ਚ ਆ ਸਕਦੇ ਹੋ, ਇੰਜੋਏ ਕਰ ਸਕਦੇ ਹੋ, ਝੂਲੇ ਚੱਲਦੇ ਹੋਏ, ਇੰਨਾ ਬਾਹਲਾ ਰਸ਼ ਨਹੀਂ ਰਹਿਣ ਵਾਲਾ ਮੇਲੇ 'ਚ, ਕਿਉਂਕਿ ਦਿਨ ਵੀ ਘੱਟ ਹੈ, ਕਿਉਂਕਿ ਧੁੱਪਾਂ ਵੀ ਨਿਕਲਦੀਆਂ, ਇਹ ਧੁੱਪ ਨਿਕਲੀ ਸੀ ਤਾਂ ਕਰਕੇ ਇੰਨਾ ਕੁ ਰਸ਼ ਹੋਇਆ। ਮੈਂ ਕਹਿੰਦਾ ਆਓ ਮੇਲੇ 'ਚ ਯਾਰ, ਮੰਦਾ ਝੱਲੀ ਜਾਂਦਾ ਮੇਲਾ ਇਹਨਾਂ ਦਾ। ਕਿੰਨੇ ਪਲੇਟ ਭਈਆ? 20 ਰੁਪਏ ਦੀ ਪਲੇਟ ਭਾਜੀ। ਕਿੰਨੇ ਗੋਲ ਪਿਆ ਨੇ? 6 ਗੋਲ ਪਿਆ ਸਰ। ਕੀ ਆਊਗਾ ਗੋਲ ਪਿਆ ਭਾਜੀ? ਸੌਸ ਆਊਗੀ, ਕਾਂਜੀ ਆਊਗੀ, ਆਲੂ ਆਉਣਗੇ। ਲਾ ਦਿਓ ਇੱਕ ਪਲੇਟ, ਲਾ ਦਿਓ ਸਰ। ਦਹੀਂ ਵਾਲੇ ਗੋਲ ਗੱਪੇ ਵੀ ਹੈਗੇ ਆਪਣੇ ਕੋਲ। ਹੋਰ ਕੀ ਕੀ ਆ? ਚਾਟ ਪਾਪੜੀ ਹੈਗੀ ਜੀ। ਤਾਂ ਗੋਲ ਗੱਪੇ ਲਾ ਦਿਓ, ਲਾ ਦਿਓ। ਗਾਏ ਫਾਈਨਲ ਤੌਰ 'ਤੇ ਆਪਣਾ ਲਾਸਟ ਜਾਇਕਾ, ਲਾਸਟ ਟੇਸਟ ਗੋਲ ਗੱਪੇ ਰਹਿਣ ਵਾਲੇ ਆ। ਕਰਦੇ ਹਾਂ ਟਰਾਈ, ਇੰਜੋਏ, ਤੁਹਾਨੂੰ ਦੱਸਦੇ ਹਾਂ ਕਿੱਦਾਂ ਦੇ ਆ। ਬਾਈ ਨੇ 20 ਰੁਪਏ 6 ਦਿੱਤੇ ਯਾਰ, ਇੱਕੋ ਇਹਦੇ ਵਿੱਚ ਪਾ ਦੇ, ਘਾਚਾ ਮੂਚਾ ਮਾਰਤਾ। ਕਰਦੇ ਹਾਂ ਟਰਾਈ। ਗਾਏ ਗੋਲ ਗੱਪਾ ਕਰੰਚੀ ਬੰਜ ਦਾ ਹੈਗਾ, ਪਰ ਪਾਣੀ ਥੋੜ੍ਹਾ ਤਿੱਖਾ ਹੈਗਾ। ਕੁੱਲ ਮਿਲਾ ਕੇ ਗੋਲ ਗੱਪੇ ਨਿਆਰੇਦਾਰ ਆ। ਗਾਏ ਫਾਈਨਲ ਤੌਰ 'ਤੇ ਮੇਲੇ ਦੇ ਅੰਦਰ, ਝੂਲੇ ਵਾਲੇ ਮੇਲੇ ਦੇ ਅੰਦਰ ਆਪਾਂ ਹਰ ਇੱਕ ਸਟਰੀਟ ਫੂਡ ਟਰਾਈ ਕਰ ਲਿਆ ਜਿਹੜਾ ਆਪਾਂ ਨੂੰ ਘੈਂਟ ਲੱਗਿਆ, ਹਲਕਾ ਫੁਲਕਾ। ਜੇ ਤੁਸੀਂ ਵੀ ਇੱਥੇ ਆਉਂਦੇ ਹੋ, ਮੇਰੇ ਰਿਕਮੈਂਡੇਸ਼ਨ ਕੀਤੇ, ਹਰ ਇੱਕ ਸਟਰੀਟ ਫੂਡ ਤੁਸੀਂ ਟਰਾਈ ਜ਼ਰੂਰ ਕਰਿਓ। ਜੇ ਤੁਸੀਂ ਆਪਦੇ ਵੱਲੋਂ ਕੋਈ ਸਟਰੀਟ ਫੂਡ ਟਰਾਈ ਕਰਨਾ ਚਾਹੁੰਦੇ ਹੋ ਉਹ ਵੀ ਕਰਿਓ, ਕਿਉਂਕਿ ਜਿਹੜੇ ਮੈਨੂੰ ਸਟਰੀਟ ਫੂਡ ਘੈਂਟ ਲੱਗਿਆ, ਮੈਂ ਉਹ ਵਾਲੇ ਸਟਰੀਟ ਫੂਡ ਟਰਾਈ ਕੀਤੇ ਆ। ਜੇ ਵੀਡੀਓ ਘੈਂਟ ਲੱਗੀ, ਵੀਡੀਓ ਨੂੰ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆਪਾਂ ਅਗਲੀ ਵੀਡੀਓ 'ਚ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਵੀਰੇ।